ਪੀੜ ਹੈ ਕਿ ਗੱਲ ਸੁਣ ਲਓ ਬਈ, ਸਾਰੀ ਧਿਆਨ ਨਾਲ। ਬਾਹਲੇ ਦਿਨਾਂ ਦੀ ਮੇਰੇ ਮਨ ਚ ਸੀਗੀ, ਅੱਜ ਕੱਲ ਗੱਲਾਂ ਜਦੋਂ ਚੱਲ ਪਈਆਂ ਤੇ ਫਿਰ ਗੱਲ ਦਿਮਾਗ ਚ ਆਈ ਜਾਂਦੀ। ਹਰ ਇੱਕ ਟੀਮ ਟੂਰਨਾਮੈਂਟ ਦੇ ਖਰਾਬ ਕਰਦੀ ਹੈ, ਮੈਂ ਇਹਦੀ ਕਹਿੰਦਾ ਹਰੇਕ ਟੀਮ ਪਹਿਲਾਂ ਹੀ ਆ ਜਾਂਦੀ ਹੈ। ਮੇਰੀ ਗੱਲ ਨਾ ਬਈ ਧਿਆਨ ਨਾਲ ਸੁਣੋ, ਬੜਿਆਂ ਨੂੰ ਕੌੜੀ ਲੱਗੂਗੀ। ਮੈਂ ਇਹਦੀ ਕਹਿੰਦਾ ਵੀ ਕਮੇਟੀਆਂ ਵੀ ਸਾਡਾ ਸਾਥ ਦਿੰਦੀਆਂ, ਉਹ ਵੀ ਦਿੰਦੀਆਂ, ਪਰ ਜਿਹੜੀ ਮੈਂ ਗੱਲ ਕਰਨ ਲੱਗਿਆ ਨਾ ਬਈ, ਜਦੋਂ ਦਾ ਮੈਂ ਕਮੈਂਟਰੀ 'ਚ ਆਇਆ ਮੇਰੀ ਉਸਨ ਦੀ ਇਹ ਗੱਲ ਮੇਰੇ ਦਿਮਾਗ 'ਚ ਸੀਗੀ, ਮੈਂ ਲੋਕਾਂ ਨੇ ਗੱਲ ਜ਼ਰੂਰ ਕਰਾਂ। ਟੀਮ ਲੇਟ ਹੁੰਦੀ ਆ, ਉਹੀ ਟੀਮ ਟੂਰਨਾਮੈਂਟ ਵੀ ਜਿੱਤ ਕੇ ਜਾਵੜਦੀ ਹੈ, 31,000 ਰੁਪਇਆ ਵੀ ਲੈ ਜਾਂਦੀ ਹੈ, ਚਲੋ ਉਹਦਾ ਹੱਕ ਉਹਨੇ ਲੈ ਕੇ ਜਾਣਾ ਹਨਾ। ਇੱਕ ਟੀਮ ਲੇਟ ਹੁੰਦੀ ਹੈ, ਕੋਈ ਬੰਦਾ ਉਹ ਟੀਮ ਨਹੀਂ ਕੱਢਦਾ। ਤਿੰਨ ਬੰਦੇ ਹੁੰਦੇ ਆ, ਇੱਕ ਹੈ ਸਾਊਂਡ ਵਾਲਾ, ਇੱਕ ਹੈ ਕਮੈਂਟਰੀ ਵਾਲਾ, ਇੱਕ ਹੈ ਲਾਈਵ ਵਾਲਾ। ਜੇ ਘੰਟਾ ਵੀ ਲੇਟ ਹੋ ਜਾਂਦਾ, ਇੱਕ ਘੰਟਾ ਵੀ, ਤੇ ਉਹਨੂੰ ਕਮੇਟੀਆਂ ਵਾਲੇ ਫੋਨ ਕਰ ਕਰਕੇ ਉਹਦਾ ਫੋਨ ਹੈਂਗ ਕਰ ਦਿੰਦੇ ਆ, ਬਈ ਤੂੰ ਨੀ ਆਇਆ ਸਾਡਾ ਮੈਚ ਖੜਾ, ਤੂੰ ਬੋਲਣ ਵਾਲੇ ਨੇ ਆਇਆ ਸਾਡਾ ਮੈਚ ਖੜਾ। ਜਿਹੜੇ ਬੰਦੇ ਨੇ ਕਮੈਂਟਰ ਕਰਕੇ ਦਿੱਤਾ ਹੁੰਦਾ, ਲਾਈਵ ਵਾਲਾ ਕਰਕੇ ਦਿੱਤਾ ਹੁੰਦਾ, ਫਿਰ ਉਹਨੂੰ ਕਹਿੰਦੇ ਯਾਰ ਤੂੰ ਇਵੇਂ ਇਹ ਕਰਤਾ, ਦੂਜਾ ਕਰਨਾ ਸੀ ਉਹ ਆਇਆ ਨੀ। ਮੇਰੀ ਗੱਲ ਲੱਗੀ ਬਈ, ਧਿਆਨ ਨਾਲ ਸੁਣੀ ਗੱਲ, ਪਤਾ ਕਿੱਥੇ ਗਾ ਕਿ ਵੜਦੀ ਹੈ। 7 ਦਿਨ ਟੂਰਨਾਮੈਂਟ ਚੱਲਦਾ, ਸਭ ਤੋਂ ਪਹਿਲਾਂ ਸਾਊਂਡ ਵਾਲਾ ਆਉਂਦਾ, ਸਭ ਤੋਂ ਪਹਿਲਾਂ ਲਾਈਵ ਵਾਲਾ ਆਉਂਦਾ, ਸਭ ਤੋਂ ਪਹਿਲਾਂ ਕਮੈਂਟਰ ਆਉਂਦਾ। ਸਾਰੇ ਨਾਲ ਮਗਰੋਂ ਜਾਂਦੇ ਆ, ਹਰੇਕ ਬੰਦੇ ਦਾ ਦਿਨ ਭੁਗਤਾ ਕੇ ਸਾਰੇ ਤੋਂ ਮਗਰੋਂ ਜਾਂਦੇ ਆ ਨਾ ਬਈ, ਪਹਿਲਾਂ ਨਹੀਂ ਜਾ ਸਕਦੇ। ਅਗਲਾ ਕਹਿੰਦਾ ਵੀ ਸਾਡਾ ਮੈਚ ਖੜਾ, ਇਹ ਬੋਲ ਕੇ ਜਾਣਾ ਪਊ, ਬੋਲ ਕੇ ਜਾਂਦੇ ਨਾ ਬਈ। ਹਰ ਇੱਕ ਬੰਦਾ ਆਪਦਾ ਹੱਕ ਲੈ ਕੇ ਜਾਵੜਦਾ, ਰਾਤ ਨੂੰ ਬਈ ਹਨੇਰਾ ਹੋ ਜਾਂਦਾ, ਤਿੰਨ ਬੰਦੇ ਹੀ ਗਰਾਊਂਡ 'ਚ ਰਹਿ ਜਾਂਦੇ। ਇਹ ਗੱਲ ਸੱਚੀ ਹੈ, ਚਾਹੇ ਕਿਸੇ ਨੂੰ ਗੋਡੇ ਲੱਗੇ, ਗਿੱਟੇ ਲੱਗੇ, ਇੱਕ ਸਾਊਂਡ ਵਾਲਾ, ਇੱਕ ਕਮੈਂਟਰੀ, ਇੱਕ ਲਾਈਵ ਵਾਲਾ, ਉਹ ਪਤਾ ਕਿਵੇਂ ਤੁਰੇ ਫਿਰ ਦਿੰਦੇ ਬਈ ਸਾਡੇ ਪੈਸੇ ਕੌਣ ਦੇਊਗਾ। ਉਹ ਯਾਰ ਸਾਡਾ ਪ੍ਰਧਾਨ ਨਾ ਉੱਧਰ ਗਿਆ ਸੀ, ਉਹ ਦੇਊਗਾ ਪੈਸੇ, ਸਾਡੇ ਪੈਸੇ ਕੌਣ ਦੇਊਗਾ, ਉਹ ਬਈ ਉੱਧਰ ਗਿਆ ਸੀ। ਐਂਡ ਦੀ ਗੱਲ ਪਤਾ ਕਿੱਥੇ ਖੜਨੀ ਆ ਬਈ, ਸਾਡਾ ਬਜਟ ਹਲ ਗਿਆ ਕਮੇਟੀ ਦਾ, ਤੈਨੂੰ 3,000 ਰੱਖਿਆ ਸੀ ਬਾਈ, ਪੜ ਕੇ ਤੂੰ 3,300 ਹੀ ਲੈ ਜਾ। ਆਹ ਗੱਲ ਹੁੰਦੀ ਜੇ ਸੱਚੀ ਹੈ, ਨਹੀਂ ਮੈਂ ਇੱਥੇ ਖੜਾ, ਜਿਹੜੇ ਮੈਨੂੰ ਝੂਠੀ ਲੱਗਦੀ ਹੈ ਇੱਥੇ ਖੜਾ, ਮੈਂ ਕਿਤੇ ਨਹੀਂ ਜਾਂਦਾ, ਘੰਟਾ ਮੇਰੇ 100-76 ਮਾਰੋ ਆ ਕੇ। ਮੈਂ ਗਰਾਊਂਡ ਦੇ ਵਿੱਚ ਕਮੇਟੀ ਵਾਲੇ ਬੰਦੇ ਭਾਰ ਭਾਰ ਕੇ ਪੈਸੇ ਲਏ ਆ ਵੀ ਸਾਨੂੰ ਪੈਸੇ ਕੌਣ ਦੇਊਗਾ, ਕੋਈ ਤਾਂ ਅਮਲ ਕਰ ਦਿੰਦਾ, ਹੋ ਦੇਊਗਾ ਜਿਹੜਾ ਪਰਲੇ ਪਾਸੇ ਖੜਾ, ਉਹਨੂੰ ਭਾਲ ਕੇ ਲਵੋ, ਕਹਿੰਦਾ ਉਹ ਇਧਰਲੀ ਜੇਬ 'ਚ ਨਹੀਂ ਸੀਗੇ, ਪਰਲੇ ਕੋਲੇ ਸੀਗੇ, ਉਹ ਦੇਊਗਾ ਤੈਨੂੰ। ਸਾਰੇ ਨਾਲੋਂ ਪਹਿਲਾਂ ਆਉਣੇ ਆ ਸੀ, ਸਾਰੇ ਨਾਲੋਂ ਮਗਰੋਂ ਜਾਂਦੇ ਹਾਂ, ਸਾਡਾ ਕਸੂਰ ਦੱਸੋ ਕੀ ਹੈ। ਹਰੇਕ ਬੰਦਾ ਲਾਈਵ ਵਾਲੇ ਕਮੇਟੀ, ਆਹ ਬਕਸੇ ਆ ਨਾ ਇਹ ਬੰਦ ਹੋ ਗਏ, ਹਰੇਕ ਬੰਦਾ ਤੈਨੂੰ ਅੱਗ ਲਾਓ ਯਾਰ, ਇਹਨਾਂ ਤੋਂ ਕੀ ਕਰਾਉਣਾ, ਆਹ ਬਕਸਿਆਂ ਨੂੰ ਇਹਨਾਂ ਤੋਂ ਕੀ ਕਰਾਉਣਾ ਸੀ। ਕਮੇਟੀ ਵਾਲਾ ਨਾ ਬੋਲਿਆ, ਕਹਿੰਦਾ ਅੱਗ ਲਾਓ, ਇਹਨਾਂ ਨੂੰ ਕੀ ਕਰਾਉਣਾ ਜਦੋਂ ਬੋਲਦੇ ਨੀ। ਉਹ ਲਾਈਵ ਵਾਲਾ ਅੱਜ 5 ਮਿੰਟ ਫੋਨ ਬੰਦ ਹੋਇਆ ਸੀ, 50 ਫੋਨ ਆਏ ਉਹਨੂੰ, ਬਈ ਤੂੰ ਲਾਈਵ ਬੰਦ ਕਰਦਾ। ਅਸੀਂ ਵੀ ਇਨਸਾਨ ਆ ਯਾਰ, ਸਾਡੇ ਵੀ ਘਰ ਆ, ਮਾੜਾ ਮੋਟਾ ਸੋਚਿਆ ਕਰੋ। ਸਭ ਤੋਂ ਪਹਿਲਾਂ ਕਮੈਂਟ ਲਾਈਵ ਦੇ ਸਾਊਂਡ ਵਾਲੇ ਆਉਂਦੇ ਆ, ਸਾਰਿਆਂ ਮਗਰੋਂ ਜਾਂਦੇ ਆ, ਆਪਦਾ ਹੱਕ ਛੱਡ ਕੇ ਵੀ ਜਾਂਦੇ ਆ, ਇਹ ਵੀ ਸੱਚ, ਆਪਦਾ ਹੱਕ ਛੱਡ ਕੇ ਜਾਂਦੇ ਆ। ਐਂਡ ਤੇ ਜਾ ਕੇ ਕਮੇਟੀ ਵਾਲੇ 3 ਕੁ ਬੰਦੇ ਹੀ ਰਹਿ ਜਾਂਦੇ, ਉਹਨਾਂ ਤੋਂ ਮਾਸਾ ਪੈਸੇ ਕਢਾਉਂਦੇ ਆ ਉਹ, ਤੇ ਉਹ ਐਂ ਆਖੇ ਨੇ ਬਈ ਸਾਡਾ ਬਜਟ ਹੱਲ ਗਿਆ ਸੀ, ਫਲਾਨੀ ਚੇਅਰਮੈਨ ਨੂੰ ਆਖਿਆ ਸੀ ਉਹ 31,000 ਤੇ 20,000 ਹੀ ਦੇ ਗਿਆ, ਸਾਡਾ ਫਲਾਨਾ ਤਾਂ ਮੰਤਰੀ ਨਹੀਂ ਆਇਆ, ਸਾਡਾ ਤਾਂ ਫਲਾਨਾ ਬੰਦਾ ਪੈਸੇ ਮੁੱਕਰ ਗਿਆ, ਬਈ ਤੂੰ ਇੰਨੇ ਕੀ ਲੈ ਜਾ, ਤੇ ਕਈ ਵਾਰੀ ਰੋਟੀ ਵੀ ਨਹੀਂ ਆਉਂਦੀ। ਚਲੋ ਇਹ ਵੀ ਗੱਲਾਂ ਬਈ ਯਾਦ ਰੱਖਿਆ ਕਰੋ, ਜੇ ਕਮੈਂਟਰੀ ਵਾਲੀਆਂ ਸੱਚਾਈਆਂ ਦੀਆਂ ਆਹ ਵੀ ਦੇਖਿਆ ਕਰੋ, ਬਾਕੀ ਤੁਸੀਂ ਆਪ ਸਿਆਣੇ ਹੋ।